ਸਰ ਅੱਜ ਲੈ ਕੇ ਆਏ ਜੀ ਅਸੀਂ 5620 TX ਪਲੱਸ ਨਿਊ ਹਾਲੈਂਡ ਬੰਪਰ ਵੱਡਾ ਲੱਗਾ ਹੋਇਆ ਹੈਵੀ weight ਵਾਸਤੇ ਠੀਕ ਹੈ ਜੀ ਤੇ ਨਾਲ 8 ਪਲੇਟਾਂ ਜੀ ਫਰੰਟ ਦੇ ਉੱਤੇ ਓਕੇ म्यूजिक सिस्टम भी लगा हुआ एम्प लगे हुए डबल एम्प डबल बूफर है चार ओवर लगाए हैं चंगा वधिया चंगा मतलब शोर मचाता हूं जलता हूं कि भाई एक बात है जैसे हम गाड़ियों पे कहते हैं लोन करा देंगे इस पे होता है लोन हां सर लोन जरूर होगा हो जाएगा हां जी हां जी केड़ा बलेट मॉडल 2021 है जी ये ठीक है हां जी हां जी ये 1100 घंटा चलया हुआ है 1100 घंटा चलया हुआ है हां जी चलो ये जेड़े दे टायर है जी ठीक है जी ये तकरीबन 100 घंटे चले हुए हैं अच्छा 100 घंटे चले हां क्योंकि पहले टायर ओरिजिनल टायर नाल चलता तू सी नवे करा दी 16 आंदे 16 इंच बाद दे विच इहदी मॉडिफिकेशन करके ठीक है तेनु टायर बड़े पाते टायर बड़े पाते तो बहुत बढ़िया मॉडिफिकेशन हुई है इना दी पंप दी मॉडिफिकेशन हो जांदी आ ठीक है ते केम दी मॉडिफिकेशन हो जांदी आ ठीक है मॉडिफिकेशन करके ते फिर टायर इनु बड़े पाते सीगे हाँ जी भी कितना सारे होप करता है सभी लोग बहुत बढ़िया हो गए थैंक यू सो मच सबका लवली रिस्पॉन्स के लिए वीडियो पे आज जी आए जी होती है संगा मोटर पाजी अपने लाला पाजी क्या हाल है बढ़िया जी ठीक हो जी बहुत बढ़िया भैया जी फिर क्या दिखा गाड़ियां तो बहुत दिखा दी आज क्या दिखाना है सर अज लेके आए जी अभी 5620 TX प्लस न्यू हॉलैंड क्या बात है बहुत सोना ट्रैक्टर है सबसे बड़ी बात 4x4 पे है 4x4 है ना तो भाई थोड़ी जी डिटेल दो कि मेरे को ना नॉलेज नहीं ट्रैक्टरों के बारे थोड़ा जा आप दसो एक्सप्लेन करो क्या चीज है सर इसमें ऐसे है भी फ्रंट व्हील जो ट्रैक्टर है ठीक है इसके फ्रंट टायर है ठीक है जी ये भी बड़े है ये भी बड़े है ते जेड़े आज पिछले टायर है ये भी बड़े है 18 दे टायर है 16 दे होंदे है सर ठीक है जी ये नवे पवाए है बड़े पवाए चेंज कराए है ठीक है रिम भी चेंज हुए दे नहीं रिम वही है जी टायर बड़े पाए हुए है टायर बड़े पाए नाल दो दो प्लेटा पाईया हुईया है एक्स्ट्रा ठीक है जी वेट वास्ते पीछे ठीक है ओके तो ਵਧੀਆ ਮੋਡੀਫਿਕੇਸ਼ਨ ਹੀ ਹੋਈ ਹੈ ਆਪਣੇ ਟਰਾਈ ਦੇ ਮੋਡੀਫਿਕੇਸ਼ਨ ਯਾਨੀ ਕਿ ਬਹੁਤ ਜ਼ਿਆਦਾ ਹੋਈ ਹੋਈ ਹੈ ਇਹਦੇ ਤੇ ਠੀਕ ਹੈ ਜੀ ਤੇ ਇੱਕ ਬੰਪਰ ਵੱਡਾ ਲੱਗਾ ਹੋਇਆ ਹੈਵੀ weight ਵਾਸਤੇ ਠੀਕ ਹੈ ਜੀ ਤੇ ਨਾਲ 8 ਪਲੇਟਾਂ ਜੀ ਫਰੰਟ ਦੇ ਉੱਤੇ ਓਕੇ ਤੇ ਭਾਜੀ ਇਹ ਬੰਪਰ ਦਾ ਮਤਲਬ ਬੇਸਿਕਲੀ ਯੂਜ਼ ਕੀ ਹੈ ਮਤਲਬ ਕੀ ਹੈ ਜੀ ਬੰਪਰ ਐਦਾਂ ਹੈ ਜੀ ਭਾਜੀ ਇਹਨੂੰ ਜਦੋਂ ਆਪਾਂ ਟਰੈਕਟਰ ਦੀ ਵਾਹੀ ਕਰਦੇ ਆ ਠੀਕ ਹੈ ਵਾਹੀ ਦੇ ਵਿੱਚ ਆਪਾਂ ਨੂੰ ਬਹੁਤ ਕੰਮ ਦਿੰਦਾ ਕਿਉਂਕਿ 4 ਵੀਲ ਮੋਰੇ ਅੱਗੇ ਜੋਰ ਲਾਉਂਦਾ ਪੂਰਾ ਬਿਲਕੁਲ ਜੀ ਪ੍ਰੋਪਰ ਕੰਮ ਕਰਦਾ ਪਰਫਾਰਮੈਂਸ ਪੂਰੀ ਦਿਖਾਉਂਦਾ ਟਰੈਕਟਰ ਆਪਣੇ ਚਲੋ ਮੈਨੂੰ ਇਹ ਪਤਾ ਨਹੀਂ ਥਾ ਕਿ ਟਰੈਕਟਰ ਵੀ 4x4 ਆਤੇ ਹਾਂ 4x4 ਹੈ ਚਲੋ ਠੀਕ ਹੈ ਤੇ ਭਾਜੀ 뮤직 ਸਿਸਟਮ ਵੀ ਅਪਗ੍ਰੇਡ ਕਰਾਇਆ ਹੈ ਹਾਂਜੀ ਹਾਂਜੀ 뮤직 ਸਿਸਟਮ ਵੀ ਲੱਗਾ ਹੋਇਆ ਐਂਪ ਲੱਗੇ ਹੋਏ ਡਬਲ ਐਂਪ ਡਬਲ ਬੂਫਰ ਹੈ ਚਾਰ ਓਵਰ ਲਗਾਏ ਹਾਂ ਹਾਂਜੀ ਹਾਂਜੀ ਚੰਗਾ ਵਧੀਆ ਚੰਗਾ ਮਤਲਬ ਸ਼ੋਰ ਮਚਾਤਾ ਹੋਇਆ ਜਲਦਾ ਹੋਣਾ ਤੇ ਨਾਲ ਅਲਟਰਨੇਟਰ ਵੱਡਾ ਲਗਾਇਆ ਜੀ ਆਪ ਠੀਕ ਹੈ ਇਹ ਇਸੇ ਕੇ ਲਈ ਇਸੇ ਹਾਂ ਇਹਦੇ ਕਰਕੇ ਵੱਡਾ ਕਰੰਟ ਜ਼ਿਆਦਾ ਮੰਗਦਾ ਹੋਣਾ ਹਾਂਜੀ 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 ਤੇ ਬਹੁਤ ਸੋਹਣਾ ਟਰੈਕਟਰ ਹੈ ਖੜਾ ਫੋਰ ਸੇਲ ਕੇ ਲਈ ਭਾਜੀ ਅਭੀ ਬਤਾਓ ਮਾਡਲ ਕਿਹੜਾ ਬਿਲਟ ਮਾਡਲ 2021 ਹੈ ਜੀ ਇਹ ਠੀਕ ਹੈ 2021 ਮਾਡਲ ਹੈ ਬਹੁਤ ਸੋਹਣਾ ਪਿੱਛੇ ਕੀ ਲੁੱਕ ਵੀ ਦੇਖ ਲਓ ਤੇ ਇਹ ਭਾਜੀ ਆਪਸ ਵਿੱਚ ਆਪਣੇ ਲਈ ਲਿਆ ਸੀ ਆਪਣੇ ਯੂਜ਼ ਕਰਨ ਦੇ ਲਈ ਹਾਂਜੀ 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 ਆਪਣਾ ਆਪ ਆਪਣੇ ਭਾਈ ਵਾਸਤੇ ਲਿਆ ਸੀਗਾ ਠੀਕ ਹੈ ਜੀ ਹਾਂਜੀ ਹਾਂਜੀ ਤੇ ਬਹੁਤ ਪਿਆਰਾ ਟਰੈਕਟਰ ਹੁੱਕ ਲੱਗੀ ਹੋਈ ਹੈ ਜੀ ਅੱਛਾ ਠੀਕ ਹੈ ਬਹੁਤ ਸੋਹਣਾ ਟਰੈਕਟਰ ਜੀ ਆਪਕੇ ਲਈ ਖੜਾ ਹੋਇਆ ਸੇਲ ਕੇ ਲਈ ਬਹੁਤ ਸੋਹਣਾ ਭਾਈ ਜਿਵੇਂ ਹਮ ਗੱਡੀਆਂ ਦਾ ਨੋਟ ਕਰਤੇ ਆ ਕਿ ਇੰਨੇ ਕਿਲੋਮੀਟਰ ਚੱਲੀ ਹੈ ਇਸਕਾ ਵੀ ਹੁੰਦਾ ਹੈ ਹਾਂਜੀ ਹਾਂਜੀ ਇਹ 1100 ਘੰਟਾ ਚੱਲਿਆ ਹੋਇਆ ਹੈ 1100 ਘੰਟਾ ਚੱਲਿਆ ਹੋਇਆ ਹਾਂਜੀ 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 ਚਲੋ ਤੇ ਜਿਹੜੇ ਇਹਦੇ ਟਾਇਰ ਆ ਜੀ ਠੀਕ ਹੈ ਜੀ ਇਹ ਤਕਰੀਬਨ 100 ਘੰਟਾ ਚੱਲੇ ਹੋਏ ਆ ਅੱਛਾ 100 ਘੰਟੇ ਚੱਲੇ ਆ ਕਿਉਂਕਿ ਪਹਿਲੇ ਟਾਇਰ ਓਰੀਜਨਲ ਟਾਇਰਾਂ ਨਾਲ ਚੱਲਦਾ ਤੁਸੀਂ ਨਵੇਂ ਕਰਾ ਲਈ ਜਿਹਦਾ 16 ਆਂਦੇ 16 ਇੰਚ ਦੇ ਵਿੱਚ ਇਹਦੀ ਮੋਡੀਫਿਕੇਸ਼ਨ ਕਰਕੇ ਠੀਕ ਹੈ ਇਹਨੂੰ ਟਾਇਰ ਵੱਡੇ ਪਾਤੇ ਟਾਇਰ ਵੱਡੇ ਪਾਤੇ ਤਾਂ ਬਹੁਤ ਵਧੀਆ ਮੋਡੀਫਿਕੇਸ਼ਨ ਹੋਈ ਹੈ ਇਹਨਾਂ ਦੀ ਪੰਪ ਦੀ ਮੋਡੀਫਿਕੇਸ਼ਨ ਹੋ ਜਾਂਦੀ ਆ ਠੀਕ ਹੈ ਤੇ ਕੇਮ ਦੀ ਮੋਡੀਫਿਕੇਸ਼ਨ ਹੋ ਜਾਂਦੀ ਆ ਉਹ ਮੋਡੀਫਿਕੇਸ਼ਨ ਕਰਕੇ ਤੇ ਫਿਰ ਟਾਇਰ ਇਹਨੂੰ ਵੱਡੇ ਪਾਤੇ ਸੀਗੇ ਪਰਫਾਰਮੈਂਸ ਇਸ ਟਾਈਮ 5630 ਵਰਗੀ ਪਰਫਾਰਮੈਂਸ ਹੈ ਇਹਦੀ ਚਲੋ ਪਰਫਾਰਮੈਂਸ ਬਹੁਤ ਵਧੀਆ ਹੋ ਗਈ ਹਾਂਜੀ 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 ਠੀਕ ਹੈ ਭਾਜੀ ਇਹ ਬਤਾਓ ਕਿ ਜੇ ਨਵਾਂ ਲਿਆ ਸੀ ਤਾਂ ਉਹ ਕਿੰਨੇ ਕਾ ਆਇਆ ਸੀ ਤੇ ਉਹ ਹਮਨੇ ਦੇਣਾ ਕਿਸਨੇ ਕਾ ਨਵਾਂ ਜਦੋਂ ਲਿਆ ਸੀ ਸਰ ਇਹ ਬੰਦ ਹੋਏ ਆ ਹੁਣ ਜੇ ਜਾ ਕੇ ਕੋਈ 12.5-13 lakh ਦੇ ਕਰੀਬ ਠੀਕ ਹੈ ਜੀ ਤੇ ਇਹਨੂੰ ਕੋਈ 2 lakh ਦੇ ਕਰੀਬ ਸਮਾਨ ਹੀ ਲੱਗਾ ਹੋਇਆ ਠੀਕ ਹੈ ਜੀ ਤੇ ਆਪਾਂ ਹੁਣ ਦੇਣ ਦਾ ਰੇਟ ਇਹਦਾ ਸਰ ਰੱਖਿਆ 11.5 lakh ਰੁਪਏ 11.5 lakh ਰੁਪਏ ਤੇ ਨੈਗੋਸ਼ੀਏਬਲ ਰਹੇਗਾ ਕਿ ਨਹੀਂ ਫਾਈਨਲੀ ਹੈ ਥੋੜਾ ਬਹੁਤ ਸਰ ਹੋ ਜਾਊਗਾ ਜਿਆਦਾ ਮਾਨ ਤਾਂ ਕਰੋ ਹਾਂ ਜੇ ਕੁਝ ਆਊਗਾ ਦੂ ਆਪਣੀ ਵੀਡੀਓ ਦੇਖ ਕੇ ਆਊਗਾ ਵੀਰ ਤੇ ਜਰੂਰ ਕਰਾਂਗੇ ਟਰੈਕਟਰ ਬਹੁਤ ਸੋਹਣਾ ਜੀ ਆ ਦੇਖੋ ਕੀ ਫੀਲ ਹੈ ਇਹ ਚੀਜ਼ ਕੀ ਆ ਬੈਠ ਕੇ ਚਲਾਓ ਤੇ ਵਧੀਆ ਹੈਗਾ ਬਾਕੀ ਇਹਦੇ ਉੱਤੇ ਭਾਜੀ ਕੋਈ ਪੈਸਾ ਲਾਉਣ ਦੀ ਲੋੜ ਨਹੀਂ ਕੋਈ ਮੋਡੀਫਿਕੇਸ਼ਨ ਦੁਬਾਰਾ ਕਰਾਉਣ ਦੀ ਇਹਦੀ ਲੋੜ ਨਹੀਂ ਠੀਕ ਹੈ ਸਭ ਕੁਝ ਆਲਰੇਡੀ ਹੋ ਤਿਆਰ ਹੀ ਹੈ ਡੀਜ਼ਲ ਪਾ ਕੇ ਚਲਾਣਾ ਹੈ ਜਾ ਕੇ ਤੇਲ ਪਾਓ ਦਵਾਈ ਆਪਣੇ ਭਾਈ ਕਰੋ ਕੋਈ ਕੁਝ ਨਹੀਂ ਕਰਵਾਉਣ ਦੀ ਠੀਕ ਹੈ ਤੇ ਬਹੁਤ ਸੋਹਣਾ ਜੀ ਟਰੈਕਟਰ ਆਪ ਸਭ ਕੋਲੇ ਖੜਾ ਖੜੇ ਹੋਤੀ ਸੰਗਾ ਮੋਟਰ ਤੇ ਭਾਈ ਆਪਣਾ ਐਡਰੈਸ ਬਤਾਓ ਪਹਿਲੇ ਸਰ ਇਹ ਵਿਲੇਜ ਬੱਲ ਇੱਥੇ ਹੋਠੀ ਐਂਡ ਸੰਗਾ ਮੋਟਰ ਤੇ ਖੜਾ ਆ ਜੀ ਆਪਣੇ ਕੋਲ ਇਸ ਟਾਈਮ ਠੀਕ ਹੈ ਜੀ ਤੇ ਜਿਸ ਵੀਰ ਨੇ ਵੀ ਆਉਣਾ ਆਪਾਂ ਕੰਟੈਕਟ ਨੰਬਰ ਦੇ ਦੇਵਾਂਗੇ ਵੀਡੀਓ ਦੇ ਵਿੱਚ ਤੇ ਆਪਣੇ ਨਾਲ ਆ ਕੇ ਡੀਲ ਕਰ ਸਕਦਾ ਹੈ ਡੀਲ ਕਰ ਸਕਦੇ ਜੀ ਬਹੁਤ ਸੋਹਣਾ ਟਰੈਕਟਰ ਆਪਕੀ ਵੇਟ ਕਰ ਰਿਹਾ ਆਪ ਆ ਕੇ ਫਟਾਫਟ ਆ ਕੇ ਲੈ ਸਕਦੇ ਹੋ ਠੀਕ ਹੈ ਇਸੇ ਤਰ੍ਹਾਂ ਕਿ ਭਾਈ ਇੱਕ ਬਾਤ ਹੈ ਜਿਵੇਂ ਹਮ ਗੱਡੀਆਂ ਤੇ ਕਿਤੇ ਲੋਨ ਕਰਾ ਦੇਵਾਂਗੇ ਇਸ ਵੀ ਉਤੇ ਲੋਨ ਹਾਂ ਸਰ ਲੋਨ ਜ਼ਰੂਰ ਹੋਊਗਾ ਹੋ ਜਾਏਗਾ ਹਾਂਜੀ ਹਾਂਜੀ ਚਲੋ ਲੋਨ ਵੀ ਹੋ ਜਾਏਗਾ ਤੇ ਇੰਸ਼ੋਰੈਂਸ ਵਗੈਰਾ ਹੈਗੀ ਇਸਕੀ ਇੰਸ਼ੋਰੈਂਸ ਸਰ ਨਹੀਂ ਹੈ ਇੰਸ਼ੋਰੈਂਸ ਕਿਉਂਕਿ ਜ਼ਿਮੀਦਾਰ ਜ਼ਿਆਦਾਤਰ ਟਰੈਕਟਰ ਆਪਾਂ ਚਲਾਉਨੇ ਖੇਤਾਂ ਦੇ ਵਿੱਚ ਤੇ
ਜ਼ਿਆਦਾਤਰ ਜੇ ਰੋਡ ਦੇ ਉੱਪਰ ਟਰੈਕਟਰ ਚੱਲੂਗਾ ਇੰਸ਼ੋਰੈਂਸ ਦੀ ਲੋੜ ਪੈਂਦੀ ਆ। ਚਲੋ ਤੇ ਖੇਤਾਂ ਦੇ ਵਿੱਚ ਨਹੀਂ ਲੋੜ ਪੈਂਦੀ ਆ ਜ਼ਿਆਦਾਤਰ। ਠੀਕ ਹੈ ਤੇ ਚਲੋ ਜਦੋਂ ਲੋਨ ਹੋਣਾ ਉਦੋਂ ਸਰ ਇੰਸ਼ੋਰੈਂਸ ਨਾਲ ਜੁੜ ਹੋਊਗਾ। ਨਾਲ ਹੀ ਹੋ ਜਾਏਗੀ। ਦੇਖੋ ਸਾਰਾ ਗੱਡੀ ਤਿਆਰ ਆਪਕੇ ਲਈ ਖੜੀ ਹੋਈ ਹੈ। ਟਰੈਕਟਰ ਬੁੱਕ ਕੇ ਟਾਇਰ ਜਿਹੜੇ ਬਿਲਕੁਲ ਨਵੇਂ ਆ, ਜਿਸ ਭਾਈ ਨੇ ਕਿਹਾ 100 ਘੰਟੇ ਚੱਲੇ। ਹਾਂਜੀ ਹਾਂਜੀ 100 ਘੰਟਾ ਚੱਲੇ। ਅਪਗ੍ਰੇਡ ਹੋਏ ਹੋਏ ਆ ਦੇਖੋ, ਆ ਜਿਹੜੀ ਪੱਤੀਆਂ ਵੀ ਸਾਰੀ ਲੱਗੀ ਹੋਈ ਹੈ, ਨਵੇਂ MRF ਦੇ ਟਾਇਰ ਆ। MRF ਦੇ ਟਾਇਰ ਆ ਜੀ, ਓਰੀਜਨਲ ਟਾਇਰ ਆ ਸਾਰੇ। ਬਹੁਤ ਸੋਹਣੇ ਟਾਇਰ ਆ ਤੇ ਵਧੀਆ ਵੀਡੀਓ ਬਣੀ। ਪਹਿਲੀ ਵਾਰ ਆਪਣੇ ਚੈਨਲ 'ਤੇ ਜੀ ਟਰੈਕਟਰ ਦੀ ਵੀਡੀਓ ਆ ਰਹੀ ਭਾਜੀ ਸਾਹਿਬ। ट्रैक्टर होर भी आपको दिखाते रहेंगे। फिलहाल के लिए जी यही वीडियो रखते हैं। जी आपको लगी वीडियो वधिया तो चैनल को करना लाइक सब्सक्राइब। थैंक यू सो मच भाजी, चलते हैं जी।